ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਕੱਲ੍ਹ ਇੱਕ ਵੀਡੀਓ ਵਾਇਰਲ ਹੋਈ ਸੀਗੀ, ਉਸ ਵੀਡੀਓ 'ਤੇ ਤੁਰੰਤ ਐਕਸ਼ਨ ਕਰਦੇ, ਕੱਲ੍ਹ ਵੀ ਸਾਡੀ ਜਿਹੜੀ CIA ਦੀ ਟੀਮ ਦੇ ਨਾਲ ਇੱਥੇ ਪਿੰਡ ਦੇ ਵਿੱਚ ਕੋਡਨ ਸਰਚ ਆਪਰੇਸ਼ਨ ਕੀਤਾ ਗਿਆ ਸੀ। ਅੱਜ ਵੀ ਜਿਹੜੀ ਸਾਡੇ ਸਮਾਣਾ ਸਬ ਡਿਵੀਜ਼ਨ ਦੇ ਕਰੀਬ 50 ਮੁਲਾਜ਼ਮਾਂ ਦੇ ਨਾਲ DSP ਸਮਾਣਾ ਵੀ ਨੇ ਅਤੇ ਸਾਰੇ SHOs ਦੇ ਨਾਲ ਅਸੀਂ ਇੱਥੇ ਪਿੰਡ ਦੇ ਵਿੱਚ ਕੋਡਨ ਸਰਚ ਆਪਰੇਸ਼ਨ ਕਰ ਰਹੇ ਹਾਂ। ਇਹ ਜਿਹੜੀ ਇਸ ਪਿੰਡ ਦੇ ਵਿੱਚ ਅਸੀਂ ਮਾਨਯੋਗ SSP ਸਾਹਿਬ ਦੀ ਜਿਹੜੀ ਗਾਈਡਲਾਈਨਸ ਦੇ ਮੁਤਾਬਕ ਉਹਨਾਂ ਦੀ ਲੀਡਰਸ਼ਿਪ ਅੰਡਰ ਪਟਿਆਲਾ ਪੁਲਿਸ ਨੇ ਵੱਡੀਆਂ ਨਸ਼ੇ ਦੀਆਂ ਖੇਪਾਂ ਬਰਾਮਦ ਕੀਤੀਆਂ ਨੇ ਅਤੇ ਜਨਵਰੀ 2023 ਤੋਂ ਲੈ ਕੇ ਹੁਣ ਤੱਕ ਇਸ ਪਿੰਡ ਦੇ ਵਿੱਚ ਸਾਡੇ 13 ਮੁਕੱਦਮੇ ਜਿਹੜੇ ਨਸ਼ੇ ਦੇ ਦਰਜ ਹੋਏ ਨੇ ਅਤੇ ਉਹਨਾਂ 'ਚ ਕਾਫੀ ਬਰਾਮਦਗੀ ਹੋਈ ਹੈ। ਜਿਹੜੀ ਲੇਡੀ ਇਸ ਵੀਡੀਓ 'ਚ ਦਿਖਾਈ ਦੇ ਰਹੀ ਹੈ ਗੋਗੀ ਕੌਰ, ਇਹਦੇ 'ਤੇ 2 ਮੁਕੱਦਮੇ ਦਰਜ ਹੈ। ਪਿਛਲੇ ਸਾਲ ਅਗਸਤ ਦੇ ਵਿੱਚ ਦਰਜ ਹੋਇਆ ਅਤੇ ਜਨਵਰੀ ਦੇ ਵਿੱਚ ਵੀ ਪਸਿਆਣਾ ਪੁਲਿਸ ਨੇ ਇਸ ਤੋਂ ਕਰੀਬ 500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸੀ ਅਤੇ ਜੂਨ ਦੇ ਵਿੱਚ ਜਮਾਨ 'ਤੇ ਆਈ ਹੈ। ਇਹਦਾ ਹਸਬੈਂਡ ਹੈ ਜਿਹੜਾ ਜਰਨੈਲ ਸਿੰਘ, ਉਹ ਵੀ ਨਸ਼ੇ ਦੇ ਕੇਸ ਦੇ ਵਿੱਚ ਦਿੱਲੀ ਦੀ ਕਿਸੇ ਜੇਲ੍ਹ ਦੇ ਵਿੱਚ ਬੰਦ ਹੈ। SP ਸਾਹਿਬ, ਉਹ ਔਰਤ ਹੁਣ ਜਮਾਨਤ 'ਤੇ ਜੀ, ਹੁਣ ਉਹਦੀ ਹੋਈ ਹੈਗੀ, ਕਿਤੋਂ ਮਿਲੀ ਹੈ ਜੀ? ਦੇਖੋ, ਹਲੇ ਅਸੀਂ ਉਹਨੂੰ ਆਈਡੈਂਟੀਫਾਈ ਕਰ ਰਹੇ ਹਾਂ ਅਤੇ ਉਹ ਹਲੇ ਸਾਨੂੰ ਮਿਲੀ ਨਹੀਂ ਹੈ। ਜਲਦੀ ਅਸੀਂ ਉਹਨੂੰ ਕਾਬੂ ਕਰਕੇ ਜਿਹੜੀ ਬੰਦੀ ਕਾਨੂੰਨੀ ਕਰ। ਨਹੀਂ, ਦੇਖੋ, ਇਹੋ ਜਿਹੀ ਗੱਲ ਨਹੀਂ ਹੈ, ਸਾਡੀ ਟੀਮਾਂ ਜਿਹੜੀਆਂ ਸਵੇਰ ਦੀਆਂ ਇੱਥੇ ਲੱਗੀਆਂ ਹੋਈਆਂ ਨੇ, ਸਵੇਰ ਦੇ ਅਸੀਂ ਚੈਕਿੰਗ ਕਰ ਰਹੇ ਹਾਂ ਅਤੇ ਅਸੀਂ ਜਿਹੜਾ ਹਲੇ ਸਾਡੀ ਟੀਮਾਂ ਵੱਖ ਪਿੰਡ ਦੇ ਵੱਖ ਵੱਖ ਏਰੀਏ ਦੇ ਵਿੱਚ ਚੈਕਿੰਗ ਕਰ ਰਹੀ ਹੈ ਅਤੇ ਸ਼ਾਮ ਨੂੰ ਅਸੀਂ ਜਿਹੜੀ ਵੀ ਰਿਕਵਰੀ ਤੁਹਾਨੂੰ ਦੱਸੀ ਜਾਊਗੀ। ਕੱਲ੍ਹ ਵੀ ਅਸੀਂ ਇਸ ਪਿੰਡ ਦੇ ਵਿੱਚ ਸਾਡਾ ਕੋਡਨ ਸਰਚ ਆਪਰੇਸ਼ਨ ਕੀਤਾ ਗਿਆ। ਇਸ ਤੋਂ ਬਿਨਾਂ ਜਿਹੜਾ ਇਸ ਪਿੰਡ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ ਅਸੀਂ 5 ਵਾਰ ਅਸੀਂ ਕੋਡਨ ਸਰਚ ਆਪਰੇਸ਼ਨ ਕੀਤਾ ਅਤੇ ਜਿਹੜੇ ਸਾਡੇ ਸਿਵਲ ਮਹਿਕਮੇ ਦੀ ਜਿਹੜੀ ਟੀਮਾਂ ਦੇ ਨਾਲ ਅਸੀਂ ਇੱਥੇ ਸੈਮੀਨਾਰ ਵੀ ਕਰਦੇ ਰਹੇ ਹਾਂ ਅਤੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਨਸ਼ੇ ਦੇ ਮਾੜੇ ਪ੍ਰਭਾਵਾਂ ਦੀ। ਗੱਲ ਨਹੀਂ ਹੈ ਕਿ ਇਹ ਨਹੀਂ ਕਹਿ ਸਕਦੇ ਪਿੰਡ ਦੇ ਵਿੱਚ, ਪਰ ਕੁਛ ਜਿਹੜੇ ਹੈਗੇ ਨੇ ਕੇਸ ਰਜਿਸਟਰ ਹੋਣ ਕਰਕੇ ਅਸੀਂ ਉਹਨੂੰ ਹੌਟਸਪੌਟ ਕੰਸਿਡਰ ਕਰ ਲੈਂਦੇ ਹਾਂ। ਜਿਹੜੇ ਮਾਨਯੋਗ SSP ਸਾਹਿਬ ਪਟਿਆਲਾ ਵਰੁਣ ਸ਼ਰਮਾ ਜੀ ਦੀ ਗਾਈਡਲਾਈਨਸ ਦੇ ਮੁਤਾਬਕ ਉਹਨਾਂ ਦੀ ਲੀਡਰਸ਼ਿਪ ਅੰਡਰ ਜਿਹੜੇ ਪਟਿਆਲਾ ਪੁਲਿਸ ਨੇ ਪਿਛਲੇ 2 ਮਹੀਨਿਆਂ ਤੋਂ ਕਾਫੀ ਨਸ਼ਾ ਤਸਕਰਾਂ ਦੀਆਂ ਜਿਹੜੀਆਂ ਉਹਨਾਂ ਨੇ ਨਸ਼ੇ ਦੇ ਕਾਰੋਬਾਰ ਨਾਲ ਪ੍ਰਾਪਰਟੀਆਂ ਬਣਾਈਆਂ ਨੇ ਉਹ ਅਟੈਚ ਕਰਵਾਈਆਂ ਨੇ। ਕਰੀਬ 15 ਤੋਂ 20 ਜਿਹੜੇ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਫਰੀਜ਼ ਕਰਵਾਈਆਂ ਗਈਆਂ ਨੇ ਅਤੇ ਇਸ ਪਿੰਡ ਦੇ ਵਿੱਚ ਵੀ ਅਸੀਂ ਜਲਦੀ ਜਿਹੜੇ ਵਿਅਕਤੀ ਉਸ ਕੈਟਾਗਰੀ 'ਚ ਫਾਲ ਕਰਨਗੇ, ਜਲਦ ਤੋਂ ਜਲਦ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਅਟੈਚ ਕਰਾਉਣ ਦੀ ਕਾਰਵਾਈ ਸ਼ੁਰੂ ਕਰਾਂਗੇ। ਉਹ ਗੱਲਾਂ ਨੇ, ਸਭ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਕਿਹਾ ਉਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਨਵਰੀ ਤੋਂ ਲੈ ਕੇ ਹੁਣ ਤੱਕ ਅਸੀਂ ਇਸ ਪਿੰਡ ਦੇ ਵਿੱਚ 13 ਮੁਕੱਦਮੇ ਇਸ ਪਿੰਡ ਦੇ ਤੋਂ 13 ਨਸ਼ਾ ਬਰਾਮਦ ਕਰਕੇ 13 ਮੁਕੱਦਮੇ ਰਜਿਸਟਰ ਕੀਤੇ ਨੇ। ਜਿਹੜੀ ਇਹ ਲੇਡੀ ਦੀ ਵੀਡੀਓ ਹੈ, ਇਹਨੂੰ ਵੀ ਜਨਵਰੀ ਦੇ ਵਿੱਚ 500 ਦੇ ਕਰੀਬ ਗੋਲੀਆਂ ਦੇ ਨਾਲ ਫੜਿਆ ਗਿਆ ਸੀ ਪਸਿਆਣਾ ਪੁਲਿਸ ਵੱਲੋਂ, ਤਾਂ ਇਹ ਜੂਨ ਦੇ ਵਿੱਚ ਜਮਾਨ 'ਤੇ ਆਈ ਹੈ ਅਤੇ ਅਸੀਂ ਜਨਵਰੀ ਤੋਂ ਲੈ ਕੇ ਹੁਣ ਤੱਕ ਇੱਥੇ 5 ਕੋਡਨ ਸਰਚ ਆਪਰੇਸ਼ਨ ਕਰ ਚੁੱਕੇ ਹਾਂ, ਜਿਹੜਾ ਕਿ ਪਿੰਡ ਨੂੰ ਘੇਰ ਕੇ ਪ੍ਰੋਪਰ ਘਰ ਇਕੱਲੇ ਇਕੱਲੇ ਘਰ ਨੂੰ ਚੈੱਕ ਕਰ ਚੁੱਕੇ ਹਾਂ। ਉਸ ਤੋਂ ਬਿਨਾਂ ਜਿਹੜਾ ਅਸੀਂ ਪਿੰਡ ਦੇ ਵਿੱਚ ਜਿਹੜੇ ਸੈਮੀਨਾਰ ਵੀ ਕਈ ਕੀਤੇ ਨੇ, ਮੈਂ ਵੀ ਬਤੌਰ DSP ਸਮਾਣਾ ਇੱਥੇ 2-3 ਵਾਰ ਸੈਮੀਨਾਰ ਇਸ ਪਿੰਡ ਦੇ ਵਿੱਚ ਕੀਤੇ ਨੇ ਅਤੇ ਜਿਹੜੇ ਜਦੋਂ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ, ਹੁਣ ਲੋਕ ਅੱਗੇ ਆ ਰਹੇ ਨੇ ਸਾਨੂੰ ਪਤਾ ਲੱਗਦਾ, ਤਾਂ ਅਸੀਂ ਉਮੀਦ ਹੈ ਸਾਨੂੰ ਜਲਦ ਤੋਂ ਜਲਦ ਇਸ ਪਿੰਡ ਨੂੰ ਨਸ਼ਾ ਮੁਕਤ ਬਣਾਓ। ਉਹ ਲੇਡੀ ਨੂੰ ਵੀ ਅਸੀਂ ਆਈਡੈਂਟੀਫਾਈ ਕੀਤਾ, ਪਰ ਜਿਹੜਾ ਸਾਡੇ ਰਿਕਾਰਡ ਮੁਤਾਬਕ ਉਹ ਲੇਡੀ 'ਤੇ ਹਲੇ ਤੱਕ ਕੋਈ ਪਰਚਾ ਨਹੀਂ ਸੀਗਾ ਅਤੇ ਜਲਦ ਤੋਂ ਜਲਦ ਅਸੀਂ ਇਸ ਲੇਡੀ ਤੋਂ ਵੀ ਨੂੰ ਵੀ ਕਾਬੂ ਕਰਕੇ ਜਿਹੜੀ ਕਾਨੂੰਨ